ਪੰਜਾਬ ਹਰਿਆਣਾ ਦੇ ਨਾਲ ਨਾਲ ਪੂਰੇ ਯੂਰੋਪ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ। ਇੱਥੋਂ ਦੇ ਕਿਸਾਨ MSP ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਉੱਥੋਂ ਵਾਲਿਆਂ ਦੇ ਵੱਲੋਂ CAP ਯਾਨੀ ਕਿ ਸਾਂਝੀ ਖੇਤੀਬਾੜੀ ਨੀਤੀ ਜੋ ਕਿ ਉੱਥੇ ਦੀ ਸਰਕਾਰ ਦੇ ਵੱਲੋਂ ਯੂਰੋਪੀਅਨ ਯੂਨੀਅਨ ਦੇ ਵੱਲੋਂ ਲਿਆਂਦੀ ਗਈ ਹੈ, ਤਾਂ ਕਿਸਾਨਾਂ ਦੇ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੇਖ ਸਕਦੇ ਹੋ ਕਿ ਲੋਕਲ ਜਿਹੜੇ ਲੋਕ ਨੇ ਉਹ ਇਹਨਾਂ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ, ਤਾੜੀਆਂ ਵਜਾ ਰਹੇ ਨੇ ਇਹਨਾਂ ਦੇ ਟਰੈਕਟਰ ਵੇਖ ਕੇ। ਤਾਂ ਅੱਗੇ ਵੀ ਕਈ ਵਾਰ ਸਪੇਨ ਦੇ ਵਿੱਚ ਇੱਕ ਕਿਸਾਨ, ਤੁਹਾਨੂੰ ਸਪੇਨ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਪਹਿਲਾਂ ਵੀ ਸਪੇਨ ਦੇ ਵਿੱਚ ਵੱਡੇ ਵੱਡੇ ਟਰੈਕਟਰ ਮਾਰਚ ਕੱਢੇ ਗਏ ਨੇ ਤੇ ਅੱਜ ਵੀ ਕਰੀਬ 5000 ਕਿਸਾਨ ਸੜਕਾਂ ਤੇ ਉਤਰੇ ਨੇ। 900 ਟਰੈਕਟਰਾਂ ਦੇ ਨਾਲ ਵਿਸ਼ਾਲ ਮਾਰਚ ਕੱਢਿਆ ਗਿਆ ਹੈ। ਤਾਂ ਸਪੇਨ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਸਪੇਨ ਦੇ ਮੈਡ੍ਰਿਡ ਦੇ ਵਿੱਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੱਢਿਆ ਗਿਆ ਹੈ। ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਰੋਸ ਜਤਾਉਂਦਿਆਂ ਹੋਇਆ ਇੰਨਾ ਵੱਡਾ ਪ੍ਰਦਰਸ਼ਨ ਰੋਸ ਮਾਰਚ ਕੀਤਾ। ਯੂਰੋਪ ਦੇ ਵਿੱਚ ਸਾਂਝੀ ਖੇਤੀਬਾੜੀ ਨੀਤੀ ਕਰਕੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਐਲਾਨ ਕੀਤਾ ਰੋਸ ਮਾਰਚ ਦਾ, ਜਿਸ ਤੋਂ ਬਾਅਦ ਟਰੈਕਟਰੀ ਟਰੈਕਟਰ ਹੋ ਗਏ ਸੜਕਾਂ ਤੇ। ਯੂਰੋਪ ਦੀਆਂ 3 ਕਿਸਾਨ ਜਥੇਬੰਦੀਆਂ ਇਹ ਪ੍ਰਦਰਸ਼ਨ ਕਰ ਰਹੀਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਸਪੇਨ ਤੋਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ, ਜਿੱਥੇ ਇੱਕ ਪਾਸੇ ਪੰਜਾਬ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਧਰਨੇ ਦਿੱਤੇ ਜਾ ਰਹੇ ਨੇ, ਅੰਦੋਲਨ ਕੱਢਿਆ ਜਾ ਰਿਹਾ ਹੈ, ਅਤੇ ਦੂਜੇ ਪਾਸੇ ਪੂਰੇ ਯੂਰੋਪ ਦੇ ਵਿੱਚ ਕਿਸਾਨ ਜਿਹੜੇ ਨੇ, ਯੂਰੋਪ ਦੇ ਅੰਦਰ 28 ਦੇਸ਼ ਆਉਂਦੇ ਨੇ ਤੇ 28 ਦੇਸ਼ਾਂ ਦੇ ਵਿੱਚੋਂ ਕਈ ਦੇਸ਼ਾਂ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਦੇ ਵਿੱਚੋਂ ਇਹ ਤਸਵੀਰਾਂ ਤੁਹਾਨੂੰ ਸਪੇਨ ਦੀਆਂ ਦਿਖਾ ਰਹੇ ਹਾਂ, ਜਿੱਥੇ ਕਿਸਾਨਾਂ ਦੇ ਵੱਲੋਂ ਵੱਡਾ ਟਰੈਕਟਰ ਮਾਰਚ ਕੱਢਿਆ ਗਿਆ ਹੈ।